हैलो एंड वेलकम गाइस, कमें आई होप तुम सारे कैंट होवोगे। तो गाइस अज सानू घरदिया ने सुबह सुबह 4 बजे उठाता, कहिंदे मंडी जाओ सब्जी सूजी लैके आओ, अज अपने विआह सीगा, कहिंदा मतलब अज जागो आ, तुहानू दिखावांगे शाम नू रौनकां रूनकां भी। तो अज पहला तो अं मंडी जाना सब्जी सूजी लैन, तुहानू दिखाउंदे आ की हिसाब किताब हुंदा जिन्हां ने मंडी नहीं देखी सुबह वाली। चलो फिर चलते हैं गाइस। आ अपने लियांदे पए टायर, फिर तुसीं कहोगे कि टायर बई कित्थे आ, ते आ स्पेसर स्पूसर सैट करके ए वी विआह तों बाद आपां टायर वी कसांगे। लीड़ा फड़ा दे। केड़ा लीड़ा? वेखा बूढ़े दे साइकिल ते पिया कड्डी छेदी काली मचाती ओ जनता ने। चक तैनूं तां वीडियो दा सवाल कुछ नहीं, चक ले जांदा। गाइस इक पंगा पै गया, इहदी सेल्फ खराब हो गई यार, स्टार्ट ही नहीं हुंदा पिया। पैणी खड़ जी, ब्रेक बन्ने पए आ यार। चल ਸੈਲਫ ਨੂੰ ਪਤਾ ਨਹੀਂ ਕੀ ਅੱਗ ਲੱਗ ਗਈ। ਚੱਲ ਠੀਕ ਆ, ਫਿਰ ਗੇਅਰ ਕੱਢ ਹੀ ਦਿੰਦੇ। ਮੰਡੀ 'ਚ ਪਹੁੰਚ ਗਿਆ ਰਹੀ ਆਪਣੀ ਪਰਚੀ, ਬਾਈ ਤੋਂ ਪੁੱਛਦੇ ਗੋਭੀ ਗੋਭੀ ਕੀ ਹਿਸਾਬ ਕਿਤਾਬ, ਕੀ ਰੇਟ ਬਾਈ ਗੋਭੀ? ਮੁੰਡੇ ਹਜੇ ਬੋਲੀ ਵਾਲੀ ਲੱਗਣ ਨਹੀਂ ਲੱਗੀ ਇੱਥੇ, ਨਹੀਂ ਤਾਂ ਐਂ ਲੱਗਦਾ ਹੁੰਦਾ ਆਹ ਇੰਨੇ ਰੁਪਏ ਹਜੇ ਅਸੀਂ ਬਾਹਲੇ ਸੱਦਿਆ ਆ ਗਏ, ਅਤੇ ਸਬਜ਼ੀ ਸੁਬਜ਼ੀ ਆਪਾਂ ਲੈ ਲਈਏ, ਪਰਚੀ ਲਿਖਾ ਦਈ ਬਾਈ ਨੂੰ, ਅਤੇ ਇੱਥੋਂ ਹੀ ਸਾਰਾ ਕੁਛ ਇੱਕ ਤੋਂ ਹੀ ਲੈ ਲੈਣਾ। ਮੈਂ ਕਿਹਾ ਐਂ ਵੀ ਬਾਲੀ ਬਾਲੀ ਕਿਤੇ ਧੱਕੇ ਜਿਹੇ ਖਾਈ ਜਾਵਾਂਗੇ, ਇੱਕ ਤੋਂ ਹੀ ਲੈ ਲੈਣਾ ਸਾਰਾ ਸਮਾਨ। ਲੈ ਲਈ ਸਬਜ਼ੀ? ਅੱਛਾ ਨਹੀਂ ਆਹ ਸਬਜ਼ੀ ਨਹੀਂ, ਹਜੇ ਹੋਰ ਵੀ ਆ ਸਬਜ਼ੀ ਆਪਣੀ, ਉਹ ਵੀ ਬਾਈ ਲਿਖੀ ਜਾਂਦਾ ਵਾ। ਪੀ ਲਓ ਚਾਹ, ਪੀ ਲਓ, ਟੈਟ ਹੋ ਜਾਓ ਮਾੜਾ ਜਿਹਾ ਵੀ। ਲੈ ਬੈਂਗਣ ਬੂੰਗਣ ਖੀਰੇ ਖੂਰੇ ਤਾਂ ਰਹਿ ਹੀ ਗਏ। ਚੱਕੋ ਵੀ ਮੁੰਡੇ, ਉਹ ਸਬਜ਼ੀ ਸੁਬਜ਼ੀ ਲੈ ਲਈ ਅਤੇ ਹੁਣ ਚੱਲੇ ਸੀ ਆਪਾਂ ਘਰ ਨੂੰ। ਸੁਬਹਾ ਦੇ ਬਾਈ 6 ਵੱਜ ਗਏ ਤੇ ਅਸੀਂ ਸੈਲਫ ਖੋਲ ਹੀ ਜਾਂਦੇ ਹਾਂ, ਹੁਣ ਸੈਲਫ ਠੀਕ ਕਰਾ ਕੇ ਲਿਆਵਾਂਗੇ, ਪਤਾ ਨਹੀਂ ਕੀ ਚੱਕਰ ਪੈ ਗਿਆ, ਸੈਲਫ ਸਟਾਰਟ ਨਹੀਂ ਹੁੰਦਾ। ਇਹ ਨਾੜ ਖੋਲਣਾ, ਮੈਂ ਖੋਲ ਲੈਂਦਾ, ਖੜ ਜਾ, ਖੋਲ ਲੈਂਦਾ ਮੈਂ। ਟਰੈਕਟਰ ਜੀ ਰੱਖ ਦਈਏ ਕਲਾਸ, ਕਹਿੰਦਾ ਟਰੈਕਟਰ ਲੈ ਕੇ ਆਏ ਨਾ, ਕਿਤੇ ਕੁਛ ਹੋ ਜਾਂਦਾ, ਕਿਤੇ ਕੁਛ ਨਜ਼ਰ ਲੱਗਦੀ ਆ, ਕੁਛ ਨਹੀਂ ਹੋਇਆ ਜੀ ਬਾਈ। ਹਾਂ ਮਾੜਾ ਮੋਟਾ ਤਾਂ ਚੱਲ ਕੰਮ ਕੁੰਮ ਜਿੰਨਾ ਕਰਾਈ ਜਾਂਦੇ ਹਾਂ ਹਨਾ, ਅਤੇ ਚਾਚਾ ਕਹਿੰਦਾ ਨਜ਼ਰ ਲੱਗਦੀ ਆ, ਹੁਣ ਜੁੱਤੀ ਬੰਨ੍ਹਤੀ। ਇਹ ਕਿਹੜਾ ਨਜ਼ਰ ਲਾਇਆ ਕਰੂ, ਉਹਦੀ ਮੂੰਹ 'ਤੇ ਵੱਜਿਆ ਕਰੂ ਹਨਾ, ਸਿੱਧੀ ਇਹਦੇ ਇਹਦੇ ਨਾਲ ਬੰਨ ਇਹਦੇ ਨਾਲ। ਟਰੈਕਟਰ ਟਾਇਰ ਵੀ ਦਿਖਾਏ ਸੀ, ਟਾਇਰ ਟੂਰ ਲਿਆਂਦੇ ਪਏ ਆ, ਬਸ ਇਹ ਵੀ ਹੁਣ ਜਿੱਦਾਂ ਟਾਈਮ ਲੱਗਿਆ ਉਦੋਂ ਹੀ ਕਸਾਂਗੇ। ਓਕੇ ਆ, ਚੱਲ ਕੱਢ ਮਟਰ, ਕਰੀ ਕੀ ਜਾਂਦਾ ਇੱਥੇ, ਚਾਹ ਪੀ ਲਈ ਤੂੰ 3-4 ਵਾਰੀ, ਹੈ ਤੂੰ ਕਰਾਉਣ ਕੀ ਆਇਆ, ਕੰਮ ਕਰਾਉਣ ਆਇਆ ਨਾ, ਚੱਲ ਮਟਰ ਕਢਾ ਸਾਡੇ ਨਾਲ, ਮਿੰਟ ਮਾਰ। ਬਾਈ ਹਲਵਾਈ ਵੀ ਆ ਗਏ ਅਤੇ ਹੁਣ ਲੱਡੂ ਲੁੱਡੂ ਕੱਢਣ ਲੱਗਦੇ ਹਾਂ, ਅਤੇ ਮੈਂ ਜਾਣਾ ਸੀਗਾ ਬਾਘੇ ਪੁਰਾਣੇ, ਇਹਦੀ ਸੈਲਫ ਜੀ ਕਰਾ ਲਈਏ ਕਿਉਂਕਿ ਮੁੜ ਕੇ ਧੱਗੇ ਨਾਲ ਸਟਾਰਟ ਕਰਨਾ ਪੈਂਦਾ ਆ, ਸੈਲਫ ਜੀ ਖੋਲ ਲਈ ਸੀਗੀ ਅਤੇ ਹੁਣ ਕਰਾ ਕੇ ਲਿਆਉਂਦੇ ਇਹਦੀ ਵੀ। ਸਟਾਰਟ ਹੋ ਗਈ ਪਾਠ ਪੂਜਾ, ਪਹਿਲਾਂ ਕੀ ਕੱਢਣੇ ਆ ਬਾਈ ਲੱਡੂ? ਬਸ ਠੀਕ ਹੈ ਜੀ, ਸੈਲਫ ਠੀਕ ਕਰਾ ਕੇ ਲਿਆਉਂਦੀ ਸੀਗੀ ਅਤੇ ਹੁਣ ਆਪਾਂ ਕਸਣ ਲੱਗੇ ਹਾਂ, ਅਤੇ ਇਹਦੀ ਹੈ ਨਾ ਪੱਤੀ ਖਰਾਬ ਸੀਗੀ, ਪਤਾ ਨਹੀਂ ਆ ਪਏ ਆ ਨਾਟ, ਮੈਂ ਨਾਟ ਲੱਭੀ ਜਾਂਦੇ, ਮੈਂ ਕਿਹਾ ਨਾਟ ਪਤਾ ਨਹੀਂ ਕਿੱਧਰ ਗਵਾਚ ਗਏ, ਆ ਪਏ ਆ ਅਤੇ ਕਸਤੀ, ਪਹਿਲਾਂ ਨਾਟ ਪਾਈਏ ਥੱਲੜ ਦਾ, ਬਾਕੀ ਮੈਂ ਕਸ ਕੇ ਤੁਹਾਨੂੰ ਦਿਖਾਉਂਦਾ ਬਾਬੇ। ਹੁਣ ਨਿਕਲਣ ਲੱਗ ਗਿਆ ਭੈਣ, ਨਾਟ ਕਸਦੇ ਕਸਦੇ ਵੱਜਿਆ ਯਾਰ, ਹੱਥ ਬਾਹਲੀ ਜ਼ੋਰ ਦੀ ਵੱਜਿਆ, ਹੈ ਉਹਦੀ ਪਲੇਟ ਮੱਚ ਗਈ ਸੀਗੀ ਯਾਰ, ਹੁਣ ਨਵੀਂ ਪਵਾ ਕੇ ਮੁੰਡੇ ਸੈਲਫ ਕਾਸਤੀ ਆ ਅਤੇ ਹੁਣ ਆਹ ਨਟ ਕਾਸਤੀ ਉੱਤੇ ਆਹ ਜਗਾਡਾ ਆ, ਅਤੇ ਮੁੜ ਕੇ ਚਲਾ ਕੇ ਦੇਖ ਆਹ ਕਾਸਤੀ ਆ, ਅਤੇ ਹੁਣ ਮਾੜੀ ਆਪਾਂ ਸੈਲਫ ਮਾਰ ਕੇ ਵੇਖ ਲਈਏ। ਓਕੇ ਯਾਰ ਬੋਟ ਹੈ ਨਾ, ਆਹ ਤਾਰ ਇੱਧਰ ਦੀ ਪਾਉਣੀ ਸੀਗੀ, ਗਲਤੀ ਨਾਲ ਇੱਧਰ ਦੀ ਪਾ ਦੇ, ਚੱਲ ਇਹ ਕੱਢ ਕੇ ਪਾ ਲਾਂਗੇ ਬਾਅਦ 'ਚੋਂ। ਬਾਈ ਬਾਈ ਵੀ ਲੱਡੂ ਲੁੱਡੂ ਕੱਢੀ ਜਾਂਦੇ, ਜਗਾੜ ਲਾਈ ਜਾਂਦੇ ਪੂਰਾ, ਕੱਢਦੇ ਲੱਡੂ ਬਾਈ। ਹੁਣ ਚੱਲੇ ਸੀਗੇ ਅਸੀਂ ਮੰਜੇ ਬਿਸਤਰੇ ਇਕੱਠੇ ਕਰਨ, ਤੁਹਾਨੂੰ ਪਤਾ ਹੀ ਆ ਫਿਰ ਵਿਆਹ ਕਾਹਦਾ ਜੇ ਮੰਜੇ ਬਿਸਤਰੇ ਨਾ ਇਕੱਠੇ ਕੀਤੇ ਕਿ ਨਹੀਂ। ਹਾਂ ਠੀਕ ਹੈ, ਹੁਣ ਮੰਜੇ ਬਿਸਤਰੇ ਇਕੱਠੇ ਕਰਨ ਚੱਲਦੇ ਹਾਂ, ਟਰਾਲੀ ਭਰ ਕੇ ਪਹਿਲਾਂ, ਉਹ ਵਾਲੀ ਟਰਾਲੀ, ਵਿਆਹ ਸਾਡੇ ਨਾਲ ਬੰਦੇ ਚੱਲੇ, 2-3 ਕਿਹੜੇ ਮੰਜੇ ਬਿਸਤਰੇ ਇਕੱਠੇ ਕਰਨ ਨੂੰ ਹੈ, ਟਰਾਲੀ ਟਰੂਲੀ ਪਾਲੀ ਡਈ ਡੂਈ ਚੱਕ ਲਈ ਹੋਰ ਨਾ ਕਿਤੇ, ਅਤੇ ਹੁਣ ਚੱਲੇ ਸੀ ਅਸੀਂ ਮੰਜੇ ਬਿਸਤਰੇ ਇਕੱਠੇ ਕਰਨ, ਸਾਡੇ ਨਾਲ ਸਾਡੇ ਹੈਗੇ ਸੋਚੀ ਸਾਹਿਬ ਅਤੇ ਨਾਲ ਬਾਈ ਕਰਮਿੰਦਰ ਹੈ। ਚਲੋ ਫਿਰ ਚੱਲਦੇ, ਸਭ ਤੋਂ ਪਹਿਲੇ ਘਰੇ ਆ ਗਏ ਹਾਂ, ਇੱਥੋਂ ਲੈਂਦੇ ਆਪਾਂ ਮੰਜੇ ਬਿਸਤਰੇ, ਅਤੇ ਬਾਕੀ ਆ ਜਾਓ ਥੱਲੇ ਬਾਈ, ਕਾਪੀਆਂ ਕੂਪੀਆਂ ਲਿਖਣ ਵਾਲੇ ਮਾੜੇ, ਨਾਨੂ ਵਾਲੇ ਤੁਸੀਂ ਥੱਲੇ ਆ ਜਾਓ ਮਾੜੇ ਜੀ। ਕਾਪੀ ਕਿੱਥੇ ਤੇਰੀ? ਬਸ ਠੀਕ ਆ, ਚੱਲ ਬਾਈ ਟਰੈਕਟਰ ਅਸੀਂ ਪਿੱਛੇ ਲਾ ਆਉਂਦਾ, ਕਿਉਂਕਿ ਜਿਨ੍ਹਾਂ ਦੇ ਘਰੇ ਹੁਣ ਮੰਜੇ ਬਿਸਤਰੇ ਲੈਣ ਚੱਲੇ ਉਹਨਾਂ ਤੋਂ ਟਰੈਕਟਰ ਇੱਥੇ ਮੁੜਦਾ ਨਹੀਂ ਗਾ, ਟਰੈਕਟਰ ਅਸੀਂ ਪਿੱਛੇ ਲਾ ਤਾ, ਬਾਕੀ ਸਾਡੀ ਸਾਰੀ ਟੀਮ ਮੰਜੇ ਬਿਸਤਰੇ ਇਕੱਠੇ ਕਰਨ ਵਾਲੀ ਸਾਰੀ ਟੀਮ, ਤੂੰ ਬਾਈ ਮੰਜਾ ਚੱਕਣਾ, ਤੂੰ ਬਿਸਤਰਾ ਚੱਕਣਾ, ਤੂੰ ਇਹ ਸਰਾਣੇ ਵਾਲਾ ਅਤੇ ਮੈਂ ਰਜਾਈ ਚੱਕ ਲੂੰਗਾ, ਅਸੀਂ ਵੇਖ ਲਾ 5 ਜਣੇ ਪੂਰੇ ਹੀ ਹੈ, ਅਤੇ
ਖਿੱਚ ਦੇ ਕੰਮ ਨਾ ਆਪਾਂ ਦੇ ਕਹਿੰਦੇ ਹੈ ਯਾਰ ਤੂੰ ਕਿਸੇ ਦੇ ਉਹੀ ਗੱਲ ਬਾਈ ਕਰਨ ਮੰਜੇ ਬਿਸਤਰੇ ਇਕੱਠੇ ਇਹ ਗੰਢੇ ਪੜਦਾ ਫਿਰਦਾ ਨਾ ਭਰਾਵਾ ਕਿਸੇ ਤੋਂ ਗਾਲਾਂ ਲੈ ਲੈਂਗਾ ਧਰੀਆਂ ਨਾ ਤੋੜ ਕਿਸੇ ਦਾ ਦਾਹ ਦੀ ਗੁੱਟੀ ਆਉਂਦੀ ਉੱਥੇ ਮੈਂ ਦਬਾ ਦੂੰ ਚੋਰੀ ਤੋੜਨ ਵਾਲੀ ਤੇਰੀ ਆਦਤ ਗਈ ਨੀ ਹਨਾ ਸਾਹਿਬ ਜੀ ਬਾਈ ਦੇ ਘਰੋਂ ਮੰਜੇ ਬਿਸਤਰੇ ਬਾਈ ਦੇ ਦੇ ਯਾਰ ਮੰਜਾ ਬਿਸਤਰਾ ਨਹੀਂ ਦੇਣਾ ਕਹਿੰਦਾ ਮੰਜੇ ਬਿਸਤਰੇ ਨਹੀਂ ਦੇਣੇ ਬਾਈ ਆ ਇੰਨੀ ਕਿ ਇੱਜ਼ਤ ਆਪਣੀ ਕਰਦੇ ਇਕੱਠੇ ਮੇਰੇ ਹਿਸਾਬ ਨਾਲ ਸੱਤ ਅੱਠ ਮੰਡ ਜੇ ਅਸੀਂ ਕਰ ਲਏ ਇਕੱਠੇ ਬਾਕੀ ਹੋਰ ਕਰੀ ਜਾਂਦੇ ਆ ਜੀ ਚੱਲੀਏ ਫਿਰ ਕਿੰਨੇ ਕੁ ਕਰ ਲਏ ਬਾਈ ਮੰਜੇ ਬਿਸਤਰੇ ਕਿੰਨੇ ਹੋ ਗਏ ਆਪਣੇ ਕੋਲੇ ਮੰਜੇ ਸੱਤ ਅੱਠ ਹੋ ਗਏ ਬਾ ਠੀਕ ਆ ਉਹ ਭਰਾ ਵੱਡਾ ਗੇਰ ਪਾਲਾ ਹੌਲੀ ਹੌਲੀ ਚੱਲ ਚੱਲ ਆਉਂਦੇ ਕਹਿੰਦਾ ਅਸੀਂ ਮੰਜੇ ਬਿਸਤਰੇ ਵੇਚ ਦੇਣਾ ਜਾ ਓਏ ਕਰਤਾ ਉਹੀ ਕੰਮ ਆਹ ਬੰਦਾ ਕਹਿੰਦਾ ਸੀਗਾ ਕਿ ਮੇਰੀ ਵੀ ਤੁਸੀਂ ਵੀਡੀਓ ਨਹੀਂ ਬਣਾਈ ਲੈ ਬਾਈ ਹੁਣ ਬਣਾ ਲੈਣਾ ਕਿੱਧਰ ਗਿਆ ਚੱਕ ਬਾਈ ਮੰਜਾ ਬਿਸਤਰਾ ਆ ਗਿਆ ਆਪਣੇ ਘਰੋਂ ਆ ਗਿਆ ਬਾਈ ਆ ਗਿਆ ਬਾ ਠੀਕ ਆ ਨੰਬਰ ਦੱਸ ਦੋ ਕਿੰਨਾ ਨੰਬਰ ਬਾਈ ਤੇਰਾ 9 ਨੰਬਰ ਆ ਬੱਬੂ ਲੈਕਤਾ ਡੈਰੀ ਜੀ ਠੀਕ ਆ ਬਾ ਠੀਕ ਆ ਚੰਗਾ ਬਾਈ ਚਲੋ ਆਹ ਟਰਾਲਾ ਵਾ ਇਹ ਆਪਾਂ ਲੈ ਕੇ ਜਾਣਾ ਅਨੰਦਪੁਰ ਸਾਹਿਬ ਇਹਨੂੰ ਵੀ ਮਾੜਾ ਜਿਹਾ ਕਹਿੰਦਾ ਮਤਲਬ ਧੋ ਧਾ ਕੇ ਕਰਾਂਗੇ ਹਜੇ ਤਾਂ ਦਿਨ ਬਹੁਤ ਪਏ ਆ ਹਨਾ ਤੇ ਕਿਹਨਾਂ ਇਹਨਾਂ ਤੋਂ ਲੈ ਲਈ ਮੰਜਾ ਬਿਸਤਰਾ ਮੰਜਾ ਉਜਾ ਨਵਾਈ ਜਾਂਦਾ ਤੇ ਅਸੀਂ ਕਰੀਏ ਨੇ ਮੰਜੇ ਬਿਸਤਰੇ ਇਕੱਠੇ ਕਰ ਲਏ ਬਾ ਠੀਕ ਆ ਚੱਕੋ ਫਿਰ ਬਿਸਤਰੇ ਕਰ ਲਏ ਇਕੱਠੇ ਉਧਰ ਬਾਈ ਵੀ ਲੱਡੂ ਲੱਡੂ ਕਹਿੰਦੇ ਕੱਢੇ ਹੀ ਜਾਂਦੇ ਆ ਹੈ ਆ ਲਾਦਾ ਝੋਟਾ ਆਪਾਂ ਪੜਤੇ ਲੱਡੂ ਬਾਈ ਸੈੱਟ ਆ ਕੰਮ ਲਾਲਾ ਸਿੱਟੀ ਜਾਂਦਾ ਏ ਪੱਟ ਤਾਂ ਲੈ ਇਹਦੇ ਫਿਰ ਖਵਾ ਵੀ ਦੇਵਾਂਗੇ ਉਹ ਬਾਈ ਮੁੰਡੇ ਰੈਡੀ ਸ਼ੈਡੀ ਹੋ ਗਏ ਦੱਸੋ ਪਹਿਲਾਂ ਤਾਂ ਆਪਾਂ ਕਿਵੇਂ ਲੱਗਦੇ ਆ ਪਹਿਲਾਂ ਦੱਸੋ ਮਣਾ ਆ ਬਾਈ ਕੁੜਤਾ ਪਜਾਮਾ ਡੈਡੀ ਦਾ ਵਾ ਝੱਗੀ ਇਹਦੀ ਆ ਬੂਟ ਮੇਰੇ ਆਪਦੇ ਬਾਈ ਰੈਡ ਟੇਪ ਦੇ ਰਹੀ ਨਾ ਕਿੰਨੇ ਦੇ ਬੂਟ ਆ ਨਾ ਕੁੜਤਾ ਪਜਾਮਾ ਤੇ ਝੱਗੀ ਉਹ ਉਹਨੇ ਤੋਂ ਵੱਧ ਦੇ ਬੂਟ ਹੋਣਗੇ ਠੀਕ ਆ ਤੁਸੀਂ ਹਵਾ ਕਰਦੇ ਆ ਕਾਹੀ ਤਿਆਰ ਤੁਰ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਜਾਗੋ ਤੇ ਬਾਕੀ ਤੁਹਾਨੂੰ ਦਿਖਾਈ ਦਿੱਤਾ ਅੱਜ ਮੰਜੇ ਮੁੰਜੇ ਬਿਸਤਰੇ ਇਕੱਠੇ ਕੀਤੇ ਵਾਹਵਾ ਸਮਾਨ ਜਾ ਕੀਤਾ ਤੇ ਉੱਥੇ ਜਾ ਕੇ ਨਾਂਗ ਨਾਸ ਵੀ ਕਰਨਾ ਹੈਪੀ ਨੇ ਆ ਜਾ ਨਾਲੇ ਆਪਾਂ ਫੋਟੋ ਫੋਟੋਸ਼ੂਟ ਵੀ ਆਪਾਂ ਹੀ ਉੱਥੇ ਕਰਨਾ ਵਾ ਆਪਣੇ ਬੰਦੇ ਲਿਆਉਂਦੇ ਵੀ ਉਹ ਖਿੱਚੀ ਖੁੱਚੀ ਜਾਣਗੇ ਨੋ ਟੈਨਸ਼ਨ ਮੈਂ ਹੀ ਆ ਆ ਆਈ ਆ ਇਹਨੂੰ ਦਿਹਾੜੀ ਦੇਣੀ 500 ਰੁਪਇਆ ਦੇ ਦੇਗਾ ਸੱਚੀ ਓਏ ਹਾਂ ਦੇ ਦੂੰਗਾ ਮੁੱਕਰੀ ਨਾ ਹੁਣ ਨਹੀਂ ਨਹੀਂ ਘਰ ਦੇ ਬੰਦੇ ਨੂੰ ਥੋੜੀ ਪੈਸੇ ਦੇਈਦੇ ਹੁੰਦੇ ਆ ਖੜੇ ਪੈਸੇ ਹੀ ਮੁੱਕਰੇ ਤਾਂ ਜੜ ਕੇ ਯਾਰ ਲਾਲਾ ਕਾ ਸਿੱਟੀ ਇਹਨਾਂ ਜਲੇਬੀਆਂ ਨਹੀਂ ਦੇਖਦੇ ਹਾਂ ਹੋਰ ਕੀ ਦੇਖਿਆ ਚਾਹ ਪੀ ਲਾ ਐਡਾ ਘਰ ਆ ਭੈਣ ਨਾਲ ਕਿੱਥੋਂ ਮਰਜ਼ੀ ਪੀ ਲਾ ਉਹਨੇ ਤਾਂ ਲਵਾਦਾ ਹੁਣ ਆਪਾਂ ਵੀ ਲਵਾ ਦਈਏ ਹਨਾ ਅੱਧੀ ਜਲੇਬੀ ਦਾ ਲਵਾ ਦਈਏ ਮੈਂ ਕਿਹਾ ਉਹਨੇ ਲਵਾਦਾ ਭੋਗ ਅਸੀਂ ਵੀ ਲਵਾ ਦਈਏ ਸੱਤੀ ਆ ਪੂਰੀ ਬੰਦੇ ਵੀ ਪਹੁੰਚ ਗਏ ਸੀਗੇ ਫੋਟੋਗ੍ਰਾਫਰ ਹੈ ਤੇ ਹੁਣ ਅਸੀਂ ਚੱਲੇ ਸੀਗੇ ਟੈਂਟ ਦਾ ਸਮਾਨ ਲੈਣ ਟੈਂਟ ਦਾ ਸਮਾਨ ਲੈਣ ਚੱਲੇ ਸੀਗੇ ਹਾਂ ਤੇ ਮੈਂ ਵੀ ਤਿਆਰ ਤੁਰ ਹੋ ਗਿਆ ਸੀਗਾ ਤੇ ਹੁਣ ਆਪਣੇ ਮੇਰੇ ਹਿਸਾਬ ਨਾਲ ਲੀੜੇ ਲਵੇੜਨਗੇ ਮੈਂ ਪਰ ਸਮਾਨ ਬਾਈ ਮੈਂ ਲੱਦਣਾ ਨੀਗਾ ਹਾਂ ਬਸ ਠੀਕ ਆ ਚਲੋ ਫਿਰ ਚੱਲੀਏ ਫਿਰ ਲਾਊਂਗਾ ਲਾਊਂਗਾ ਆ ਗਏ ਸੀ ਤੇ ਟੈਂਟ ਦਾ ਸਮਾਨ ਲੱਦੀ ਜਾਂਦੇ ਆ ਹੁਣ ਆ ਜਾ 50 ਕੁਰਸੀਆਂ 20 ਪਤਾ ਨਹੀਂ 25 ਆ ਲੱਦੀ ਸਮਾਨ ਲੱਦਿਆ ਗਿਆ ਟੈਂਟ ਦਾ ਤੇ ਮੌਸਮ ਵੇਖੋ ਕਿੰਨਾ ਘੈਂਟ ਹਨਾ ਚੱਲੀਏ ਹੈਪੀ ਲੇਟ ਹੋ ਗਿਆ ਤੂੰ ਤਾਂ ਉਦੋਂ ਤਾਂ ਡੀਜੇ ਵਾਲੇ ਮੁੜ ਜਾਣੇ ਜਦੋਂ ਆਪਾਂ ਘਰੇ ਪਹੁੰਚਣਾ ਇਹ ਕਹਿੰਦੇ ਮੈਂ ਨੱਚਣਾ ਹੈਪੀ ਓਏ ਇਹ ਕਹਿੰਦੇ ਮੈਂ ਨੱਚਣਾ ਉਦੋਂ ਤਾਂ ਡੀਜੇ ਵਾਲੇ ਮੁੜ ਜਾਣਗੇ ਜਗਨੇਟਰ ਮਗਰ ਪਾ ਲਿਆ ਉਹ ਤੇ ਨਜਾਵਾਂਗੇ ਇਹਨੂੰ ਠੀਕ ਆ ਚੱਕੋ ਬਾਈ ਮੁੰਡਿਓ ਟੈਂਟ ਦਾ ਸਮਾਨ ਲਿਆਂਦਾ ਘਰੇ ਤੇ ਦੇਖਦੇ ਆ ਘਰੇ ਕੀ ਮਾਹੌਲ ਚੱਲ ਆ ਕਿਦੋਂ ਗਏ ਸੀ ਭੈਣ ਨਾਲ ਦਿਨ ਖੜਾ ਸੀ ਲੈ ਡੀਜੇ ਡੂਜੇ ਫਿੱਟ ਕੀਤੇ ਪਏ ਆ ਮੁੰਡਿਆਂ ਨੇ ਬਾਈ ਆਹ ਦੋ ਬੰਦੇ ਬੁਲਾਏ ਵੇ ਆ ਫੋਟੋਆਂ ਖਿੱਚਣ ਨੂੰ ਇੱਕ ਆ ਕਾਲੀਆਂ ਫੋਟੋਆਂ ਖਿੱਚੀ ਜਾਂਦੇ ਇਹਨੂੰ ਪੈਸੇ ਨਹੀਂ ਦੇਣੇਗੇ ਆਪਾਂ ਜਮਾਂ ਨਹੀਂ ਪੈਸੇ ਦੇਣੇ ਹੈ ਬਾਈ ਤੈਨੂੰ ਪੈਸੇ ਨਹੀਂ ਮਿਲਣੇ ਦਿਹਾੜੀ ਦੇ ਦਿਓ ਚੱਲੀ ਜਾਂਦਾ ਕੰਮ ਤੇ ਹੁਣ ਆਪਾਂ ਵੀ ਲਾ ਦਈਏ ਬਟਨਾ ਬੁਟਨਾ ਤੇ ਮੁੜ ਕੇ ਤੁਹਾਨੂੰ ਦਿਖਾਉਣੇ ਨਾ ਕੰਡਾ ਗਾਈਸ ਸਵੇਰ 4 ਵਜੇ ਦੇ ਭੱਜੇ ਫਿਰਦੇ ਤੇ ਹੁਣ ਰੋਟੀ ਖਾਣ ਦਾ ਟਾਈਮ ਮਿਲਿਆ ਤੁਸੀਂ ਇਹ ਸੋਚੋ ਕਿ ਇੰਨਾ ਬੀਜੀ ਬੰਦੇ ਆ ਆਪਾਂ ਬੀਜੀ ਬੰਦੇ ਚੱਕੋ ਬਾਈ ਬਾਈ ਹੁਣ ਟੈਂਟ ਟੁੱਟ ਲਾਈ ਜਾਂਦੇ ਤੇ ਇਧਰੋਂ ਐਂਪ ਵੀ ਕਹਿੰਦੇ ਛੱਡਣਾ ਕਵੇਂ ਬਾਈ ਕੁਰਸੀਆਂ ਟਰਾਲੀ 'ਚ ਬਈਆਂ ਤੇ ਜਨਤਾ ਬੈਠੀ ਆ ਕੰਮ ਤਾਂ ਆਪਾਂ ਕਰਨਾ ਨੀਗਾ ਰੋਟੀਆਂ ਵਾਸਤੇ ਆਏ ਸੀ ਮੇਰੇ 8 10 ਖਾ ਕੇ ਤੇ ਹੁਣ ਚਮਚਾ ਭਾਲਦਾ ਐਂ ਮੂੰਹ ਲਾਲਾ ਯਾਰ ਐਂ ਲਾਲਾ ਬਈ ਸਾਡਾ ਫੋਟੋ ਸ਼ੂਟ ਚੱਲੀ ਜਾਂਦਾ ਵਾ ਤੇ ਬਾਕੀ ਉਧਰ ਡੀਜੇ ਡੂਜੇ ਵੀ ਕਹਿੰਦਾ ਮਤਲਬ ਲੱਗਣ ਵਾਲੇ ਆ ਆ ਲਫਾਫਾ ਰੱਖਿਆ ਕਿ ਇਹਨੇ ਜਾਂਦੇ ਵਾਸਤੇ ਤੇ ਰੋਟੀਆਂ ਪਾ ਕੇ ਦੇਣੀਆਂ ਇਹਦੇ 'ਚ ਜਲੇਬੀਆਂ ਪਾ ਕੇ ਦੇਣੀਆਂ ਹੁਣ ਜੇ ਉਹ ਚਿਹਦੇ ਪਾ ਦਿਆ ਚੱਕ ਠੀਕ ਆ ਬਾਈ 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 ਕਹਿੰਦਾ ਟਰੈਕਟਰ ਲੈਫਟ ਚੱਕ ਨੂੰ ਹਟ ਗਿਆ ਤੇ ਹੁਣ ਆਪਾਂ ਆਪਦਾ ਟਰੈਕਟਰ ਲਿਆ ਕੇ ਉਹਨਾਂ ਦੀ ਮਸ਼ੀਨ ਸਾਈਡ ਤੇ ਕਰਕੇ ਆਉਂਦੇ ਆ ਤੇ ਨਾਲੇ ਬਾਈਆਂ ਦੀ ਵਿਚਾਰਿਆਂ ਦੀ ਹੈਲਪ ਹੋ ਜੂਗੀ ਰਾਤ ਨੂੰ ਹਨਾ
ਸ਼ਰਤੀ ਗੱਲ ਆ ਤਾਂ ਆਹ ਬਾਈ ਨੂੰ ਬਾ ਲੈਣਾ ਆਪਾਂ ਮੈਂ ਕਹਿੰਦਾ ਟ੍ਰੈਕਟਰ ਮਗਰੋਂ ਮਸ਼ੀਨ ਨਾ ਚੱਕੀ ਜਾਵੇ ਨਾ ਜਾਗਦੀ ਲੱਕੀ ਯਾਰ ਦੇਖ ਲਿਓ ਬਾਈ ਮਸ਼ੀਨ ਭਾਰੀ ਆ ਕਲੱਚ ਨਾ ਇੱਕੋ ਦਮ ਛੱਡਦੀ ਨਹੀਂ ਬਾਈ ਐ ਨਹੀਂ ਲੱਗਦਾ ਬਾਈ ਟ੍ਰੈਕਟਰ ਦੇ ਪੱਪ ਨਹੀਂ ਲੱਗਦੇ ਹੂੰ ਬਾਈ ਚੱਕ ਲਈ ਏਡੀ ਭਾਰੀ ਮਸ਼ੀਨ ਆ 10 ਯਾਰ ਮੈਨੂੰ ਕਹਿੰਦੇ ਨਾ ਤੇਰੇ ਟ੍ਰੈਕਟਰ ਦਾ ਚੱਕ ਨਹੀਂ ਸਾਡਾ ਟ੍ਰੈਕਟਰ ਮਾੜਾ ਯਾਰ ਉਹੀ ਗੱਲ ਨਹੀਂ ਆ ਕਿੱਥੇ ਬਾਈ ਆਪਣੀ ਫੱਟੀ ਫੱਟੀ ਬਾਈ ਸੜਕ ਤੇ ਪਈ ਸੜਕ ਤੇ ਪਈ ਆ ਜੱਗ ਬਾਈ ਭਈਆ ਬਾਈ ਦੀ ਮਸ਼ੀਨ ਆਪਾਂ ਲਾਤੀ ਤੇ ਚੱਲ ਗਏ ਫਿਰ ਆਂਦਰਾ ਇਕੱਠੀਆਂ ਹੋ ਗਈਆਂ ਜਵਾਕ ਦੀਆਂ ਤਾਂ ਯਾਰ ਉਹੀ ਗੱਲ ਚਲੋ ਫਿਰ ਚੱਲਦੇ ਆ ਕਿਉਂ ਤੇ ਦਿਖਾਣ ਨਹੀਂ ਰੌਣਕ ਮੇਲਾ ਚਾਚਾ ਤੂੰ ਵੀ ਨੱਚ ਲਾ ਵੀਡੀਓ ਬਣਾਈ ਜਾਂਦਾ ਬਾਚੋ ਓਏ ਭਾਈ ਜੀ ਆਪਾਂ ਇੱਥੇ ਭਾਈ ਜੀ ਆਪਾਂ ਇੱਥੇ ਫੋਟੋ ਖਿੱਚਣ ਆਇਆ ਤੁਸੀਂ ਦੇਖੀ ਜਾਂਦੇ ਖਿੱਚੋ ਬਾ ਦੇਖਣੀਆਂ ਨਹੀਂ ਨੱਚ ਗਏ ਫਿਰ ਆਪਾਂ ਨੱਚ ਗਏ ਆਪਾਂ ਦੋਨੇ ਜਣੇ ਨੱਚ ਕੇ ਦਿਖਾ ਦੇ ਫਿਰ ਥੋੜਾ ਜਿਹਾ ਭਾਈ ਨੇ ਫੋਟੋਗ੍ਰਾਫੀ ਦੇਖ ਰਿਹਾ ਸੀ ਮੈਂ ਆਇਆ ਆਏ ਪੈਂਦਾ ਪੜਥੋ ਗਿੜਦਾ चलो ठीक है गाइस जी आज दी वीडियो थोनू साडी वधिया लगी लाइक शेयर एंड कमेंट जरूर कर दियो ते चैनल नू सब्सक्राइब कर दिया करो सब्सक्राइब कर दिया करो यार बहुत मेहनत लगती है साडी वीडियो बनाउण च कुत्ते भकाई करनी पैंदी है बहुत थोनू पता ही है चलो ठीक है गाइस बाय 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 जोदे वास्ते रहो मुंडे सिर नीचे घोंदे मारना मंजूरे आ बंदा मारने दा काम साडा दस्तूरे आ गल करदा आ पूरी जेड़ी कह दवा पहली काम हौली हौली करा कर दाना अणे कैली मुंडा पट्टे आ रगाने तेरी नोज पेन दा तेरा झूठे खादा लक मेरा सीना बैन दा हुण दे दे तू जवाब बोता नी मैं बोलदा नी मैं पेंडू जिहा मुंडा कोले मोगे कोलदा।